ਪੰਜਾਬ ਅਤੇ ਪੰਜਾਬੀਅਤ ਨਾਲ ਜੁੜੀ ਹਰ ਗਤੀਵਿਧੀ, ਸੱਤਾ ਅਤੇ ਸਿਆਸਤ ਦੀ ਹਰ ਖਬਰ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ। ਦੇਖੋ ਆਖਿਰ ਕੌਣ ਨੇ ਇਹ ਰਿੰਪੀ ਅਤੇ ਗਗਨਦੀਪ ਜੋ ਲੋਕਾਂ ਦੇ ਸ਼ਨਾਖਤੀ ਕਾਰਡ ਦਾ ਕਰ ਰਹੇ ਸੀ ਦੁਰਉਪਯੋਗ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਪਿਆਰਿਓ, ਪਹਿਚਾਣ ਪੱਤਰ ਅਕਸਰ ਕਿਹਾ ਜਾਂਦਾ ਹੈ ਕਿ ਆਪਣੇ ਸ਼ਨਾਖਤੀ ਕਾਰਡ ਜਾਂ ਉਹਨਾਂ ਦੀਆਂ ਕਾਪੀਆਂ ਕਦੇ ਵੀ ਕਿਸੇ ਦੇ ਹਵਾਲੇ ਨਹੀਂ ਕਰਨੀਆਂ ਚਾਹੀਦੀਆਂ। ਜੇਕਰ ਤੁਸੀਂ ਕਿਸੇ ਨੂੰ ਦੇ ਵੀ ਰਹੇ ਹੋ ਤਾਂ ਉਸ ਚੀਜ਼ ਨੂੰ ਹਮੇਸ਼ਾ ਜਾਂਚ ਲੈਣਾ ਚਾਹੀਦਾ ਹੈ ਕਿ ਵਾਕਈ ਹੀ ਜਿਸ ਕੰਮ ਵਾਸਤੇ ਅਸੀਂ ਸ਼ਨਾਖਤੀ ਪੱਤਰ ਦਿੱਤਾ ਹੈ ਜਾਂ ਉਸ ਦੀਆਂ ਕਾਪੀਆਂ ਦਿੱਤੀਆਂ ਨੇ, ਉਸ ਦੀਆਂ ਕਾਪੀਆਂ ਉਸੇ ਫਾਈਲ ਦੇ ਵਿੱਚ ਲੱਗੀਆਂ ਨੇ, ਕਿਤੇ ਕੋਈ ਉਸ ਦਾ ਮਿਸਯੂਜ਼ ਤਾਂ ਨਹੀਂ ਕਰ ਰਿਹਾ। ਕਿਉਂਕਿ ਅਗਰ ਅਸੀਂ ਇਹਨਾਂ ਗੱਲਾਂ ਵੱਲ ਧਿਆਨ ਨਹੀਂ ਦਿੰਦੇ ਤਾਂ ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ 'ਚ ਸਾਨੂੰ ਬਹੁਤ ਵੱਡਾ ਇਸ ਦਾ ਖਾਮਿਆਜ਼ਾ ਭੁਗਤਣਾ ਪੈ ਜਾਵੇ। ਬਹੁਤ ਲੋਕ ਭੁਗਤ ਵੀ ਰਹੇ ਨੇ ਕਿਉਂਕਿ ਬਹੁਤ ਸਾਰੇ ਲੋਕਾਂ ਦੇ ਨਾਮ ਦੇ ਉੱਤੇ ਬੈਂਕਾਂ ਤੋਂ ਲੋਨ ਕਰਵਾ ਲਿੱਤੇ ਜਾਂਦੇ ਨੇ ਅਤੇ ਲੋਕਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਸਾਡੇ ਨਾਮ ਦੇ ਉੱਤੇ ਲੋਨ ਚੱਲ ਰਿਹਾ ਹੈ। ਅਤੇ ਕੁਝ ਕਰਿੰਦੇ ਅਜਿਹੇ ਨੇ ਜੋ ਤੁਹਾਡੇ ਸ਼ਨਾਖਤੀ ਕਾਰਡ ਦੇ ਉੱਤੇ ਧੜੱਲੇ ਦੇ ਨਾਲ ਲੋਕਾਂ ਨੂੰ ਮੋਬਾਈਲ ਦੇ ਸਿਮ ਫੋਨ ਜਾਰੀ ਕਰਕੇ ਵੇਚ ਰਹੇ ਨੇ। ਇਸੇ ਮਾਮਲੇ ਦੇ ਵਿੱਚ ਲੁਧਿਆਣਾ ਪੁਲਿਸ ਨੇ ਰਿੰਪੀ ਅਤੇ ਗਗਨਦੀਪ ਨਾਮ ਦੇ ਦੋ ਵਿਅਕਤੀਆਂ ਤੇ ਕੇਸ ਦਰਜ ਕੀਤਾ ਹੈ। ਏਸੀਪੀ ਅਨਿਲ ਕੁਮਾਰ ਕੋਹਲੀ ਨੇ ਦੱਸਿਆ ਕਿ ਪੁਲਿਸ ਨੂੰ ਸਤਵਿੰਦਰ ਸਿੰਘ ਨਾਮ ਦੇ ਇੱਕ ਵਿਅਕਤੀ ਨੇ ਸ਼ਿਕਾਇਤ ਦਿੱਤੀ ਸੀ ਕਿ ਉਸ ਨੇ ਆਪਣੇ ਆਧਾਰ ਕਾਰਡ ਦੀ ਕਾਪੀ ਦੇ ਕੇ ਗਗਨ ਨਾਮ ਦੇ ਇੱਕ ਆਦਮੀ ਤੋਂ 18 ਜੂਨ ਨੂੰ ਇੱਕ ਸਿਮ ਕਾਰਡ ਖਰੀਦਿਆ ਸੀ। ਫਿਰ ਉਸ ਨੂੰ ਪਤਾ ਲੱਗਿਆ ਕਿ ਗਗਨ ਅਤੇ ਰਿੰਪੀ ਨੇ ਉਸ ਦੇ ਪਹਿਚਾਣ ਪੱਤਰ ਅਤੇ ਫੋਟੋ ਦੇ ਉੱਤੇ ਕਿਸੇ ਹੋਰ ਵਿਅਕਤੀ ਨੂੰ ਵੀ ਸਿਮ ਕਾਰਡ ਜਾਰੀ ਕਰ ਦਿੱਤਾ ਹੈ, ਜੋ ਵਿਅਕਤੀ ਲੋਕਾਂ ਨੂੰ ਗਲਤ ਮੈਸੇਜ ਕਰਕੇ ਉਸ ਦੀ ਛਵੀ ਖਰਾਬ ਕਰ ਰਿਹਾ ਹੈ। ਨਾਲ ਹੀ ਉਸਨੇ ਇਹ ਵੀ ਆਰੋਪ ਲਗਾਏ ਨੇ ਕਿ ਗਲਤ ਪਹਿਚਾਣ ਪੱਤਰ ਲਗਾ ਕੇ ਇਹ ਆਰੋਪੀ ਸਿਮ ਸਪਲਾਈ ਕਰਦੇ ਨੇ ਤੇ ਹੁਣ ਪੁਲਿਸ ਨੇ ਇਹਨਾਂ ਆਰੋਪੀਆਂ ਦੇ ਖਿਲਾਫ ਥਾਣਾ ਬਸਤੀ ਜੋਧੇਵਾਲ ਵਿਖੇ ਕੇਸ ਦਰਜ ਕਰ ਅੱਗੇ ਦੀ ਕਾਰਵਾਈ ਉਲੀਕ ਦਿੱਤੀ ਹੈ ਤੇ ਇਹਨਾਂ ਕਰਿੰਦਿਆਂ ਦੀ ਤਲਾਸ਼ ਕੀਤੀ ਜਾ ਰਹੀ ਹੈ। ਇੱਕ ਸੀ ਸਤਿੰਦਰ ਸਿੰਘ ਦੇ ਬਿਆਨ 'ਤੇ SHO ਜੋਧੇਵਾਲ ਅਜਦੀਪ ਕੌਰ ਵੱਲੋਂ ਪਰਚਾ ਰਜਿਸਟਰ ਕੀਤਾ ਗਿਆ ਕਿ ਜਿਹੜਾ ਕਿ ਗਲਤ ID ਤੇ ਸਿਮ ਦੂਸਰੇ ਨੰਬਰ 'ਤੇ ਸਿਮ ਦਿੱਤਾ ਉਹਨਾਂ ਨੇ। ਹਾਲੇ ਸਾਡੇ ਕੋਲ ਹਜੇ ਤਾਂ ਇੱਕੋ ਹੀ ਆਇਆ, ਅੱਗੇ ਅਸੀਂ ਵੈਰੀਫਿਕੇਸ਼ਨ ਕਰ ਰਹੇ ਹਾਂ ਕਿ ਹੋਰ ਕਿੰਨੇ ਸਿਮ ਉਹਨੇ ਦਿੱਤੇ ਆ, ਮਤਲਬ ਕਿ ਜਿਸ ਤਰ੍ਹਾਂ ਉਸ ਬੰਦੇ ਦੀ ID ਅਤੇ ਦੂਸਰੇ ਬੰਦੇ ਨੂੰ ਸਿਮ ਦਿੱਤਾ ਗਿਆ। ਉਹ ਅਸੀਂ ਹੁਣ ਜਦੋਂ ਉਹਨੂੰ ਆਪਾਂ ਫੜਾਂਗੇ ਉਸ ਤੋਂ ਬਾਅਦ ਸਾਰੀ ਵੈਰੀਫਿਕੇਸ਼ਨ ਹੋ ਗਈ ਹੈ ਨਾ, ਹਾਲੇ ਅਰੈਸਟ ਨਹੀਂ ਕੀਤਾ। ਸਾਹਮਣੇ ਜਦੋਂ ਬੰਦੇ ਨੂੰ ਕਿਸੇ ਬੰਦੇ ਨੂੰ ਮੈਸੇਜ ਗਿਆ ਅਤੇ ਉਹਨੇ ਦੇਖਿਆ ਅਤੇ ਉਹਨੇ ਪਤਾ ਕਰਾਇਆ ਕਿ ਮੇਰਾ ਨੰਬਰ ਤਾਂ ਹੈ ਨਹੀਂ ਗਿਆ, ਫਿਰ ਉਹਨੇ ਜਦੋਂ ਉਹਦੀ ਕਢਾਇਆ ਉਸ ਤੋਂ ਬਾਅਦ ਫਿਰ ਸਾਡੇ ਕੋਲ ਆਇਆ, ਅਸੀਂ ਵੈਰੀਫਿਕੇਸ਼ਨ ਕੀਤੀ ਹੈ ਤਾਂ ਪਤਾ ਲੱਗਿਆ। ਹਾਂਜੀ 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 ਉਹਦੇ ਪਰਚਾ ਰਜਿਸਟਰ ਕੀਤਾ ਇਹਨਾਂ, ਪਰਚਾ ਰਜਿਸਟਰ ਦੋ ਬੰਦਿਆਂ ਦੇ ਨਹੀਂ, ਹਾਂ ਚੈੱਕ ਕਰ ਰਹੇ ਹਾਂ ਜੀ, ਹਾਲੇ ਬਗਲ ਨਹੀਂ ਫੜਾਂਗੇ ਤਾਂ ਹੀ ਪਤਾ ਲੱਗੂਗਾ। ਜਿਹੜਾ ਵੀ ਆਊਗਾ ਤਬਦੀਲ ਦੇ ਵਿੱਚ ਆਊਗਾ ਉਹਦੇ ਤੇ ਕਾਰਵਾਈ ਹੋਊਗੀ ਸਰ। ਹਾਂਜੀ ਵੈਰੀਫਿਕੇਸ਼ਨ ਤੇ ਇਹਨਾਂ ਦੀ ਕੰਪਨੀ ਵਾਲੀ ਕਰਦੇ ਆ ਨਾ, ਇਹ ਜਿਹੜੇ ਛਤੀ ਲਾ ਕੇ ਵੇਚਦੇ ਹੈਗੇ ਆ ਇਹ ਆਪਣੇ ਹਿਸਾਬ ਨਾਲ ਪਹਿਲੇ ਦੇ ਦਿੱਤੇ ਆ ਵੈਰੀਫਿਕੇਸ਼ਨ ਤੇ ਬਾਅਦ ਚੋਂ ਕਰਦੇ ਆ ਨਾ, ਕਿ ਜਦੋਂ ਨਹੀਂ ਬੰਦਾ ਪ੍ਰੋਪਰ ਵੈਰੀਫਾਈ ਹੁੰਦਾ ਫਿਰ ਫੋਨ ਸਿਮ ਬੰਦ ਕਰ ਦਿੰਦੇ ਆ। ਹੁਣ ਬਾਕੀ ਜਦੋਂ ਅਰੈਸਟ ਹੋਊਗਾ ਫਿਰ ਉਸ ਤੋਂ ਬਾਅਦ ਸਾਰੀ ਗੱਲ ਅੱਗੇ ਸਾਹਮਣੇ ਆਊਗੀ।
ਸਾਡਾ ਆਪਣਾ ਫਰਜ਼ ਬਣਦਾ ਕਿ ਅਸੀਂ ਆਪਣੇ ਸ਼ਨਾਖਤੀ ਕਾਰਡ ਦੀਆਂ ਕਾਪੀਜ਼ ਕਿਸੇ ਨੂੰ ਵੀ ਬੇਵਜ੍ਹਾ ਨਾ ਦੇਈਏ, ਅਤੇ ਜੇਕਰ ਅਸੀਂ ਕਿਸੇ ਨੂੰ ਆਪਣੇ ਸ਼ਨਾਖਤੀ ਕਾਰਡ ਦੀ ਕਾਪੀ ਦਿੱਤੀ ਹੈ ਅਤੇ ਅਗਰ ਸਾਨੂੰ ਥੋੜ੍ਹਾ ਜਿਹਾ ਵੀ ਸ਼ੱਕ ਜਾਪਦਾ ਹੈ ਕਿ ਸਾਡੇ ਸ਼ਨਾਖਤੀ ਕਾਰਡ ਦੀ ਕਾਪੀਆਂ ਦਾ ਕੋਈ ਵੀ ਮਿਸਯੂਜ਼ ਹੋ ਰਿਹਾ ਹੈ ਤਾਂ ਉਸ ਦੀ ਸਾਨੂੰ ਪੁਲਿਸ ਕੰਪਲੇਂਟ ਜ਼ਰੂਰ ਕਰਨੀ ਚਾਹੀਦੀ ਹੈ, ਜਿੱਦਾਂ ਇਸ ਮਾਮਲੇ ਦੇ ਵਿੱਚ ਸਤਵਿੰਦਰ ਸਿੰਘ ਨੇ ਕੀਤੀ। ਤੁਸੀਂ ਸਭ ਇਸ ਮਸਲੇ 'ਤੇ ਕੀ ਸੋਚਦੇ? ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ। ਵੀਡੀਓ ਚੰਗੀ ਲੱਗੀ ਹੋਵੇ ਲਾਈਕ ਅਤੇ ਸ਼ੇਅਰ ਵੀ ਜ਼ਰੂਰ ਕਰਨਾ। ਗੁਰਬਾਣੀ ਅਖੰਡ ਬਾਣੀ ਵਾਸਤੇ ਲੁਧਿਆਣਾ ਤੋਂ ਪ੍ਰਦੀਪ ਭੰਡਾਰੀ ਦੀ ਰਿਪੋਰਟ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਅਤੇ ਪੰਜਾਬੀਅਤ ਨਾਲ ਜੁੜੀ ਹਰ ਗਤੀਵਿਧੀ, ਸੱਤਾ ਅਤੇ ਸਿਆਸਤ ਦੀ ਹਰ ਖਬਰ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ, ਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।